हाँ जी, सत श्री अकाल जी सारिआं नूं। वधिया फार्म यूट्यूब चैनल ते तुहाडा स्वागत है जी। किसान वीर, अज दी जिहड़ी आपां वीडियो बना रहे हां, पिंड मलकपुर, तहसील अजनाला ते जिला अमृतसर। अज दी वीडियो दे विच तुहानूं तिंन गावां दिखाउणियां, एक जिहड़ी बिल्कुल ताज़ी सूई होणे, ते एक तुहानूं साहीवाल गां तुहानूं दिखाउणी आ, ते एक गां तुहानूं होर जिहड़ी हौले भारी दिखाउणी आ। ਇਹ ਤਿੰਨੇ ਗਾਵਾਂ ਜਿਹੜੀਆਂ ਹੌਲੇ ਭਾਰੀਆਂ ਤੁਹਾਨੂੰ ਦਿਖਾਉਣੀਆਂ। ਆਹ ਹੁਣ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਇਹਨਾਂ ਬਾਰੇ ਸਾਰੀ ਡਿਟੇਲ। ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਬਹੁਤ ਤਗੜੇ ਹਵਾਨੇ ਵਾਲੀ ਇੱਕ ਤੁਹਾਨੂੰ ਜਿਹੜੀ ਗਾਂ ਤੁਹਾਨੂੰ ਦਿਖਾਉਣੀ ਆ, ਦੇਖ ਸਕਦੇ। ਰੇਟ ਵੀ ਜਿਹੜਾ ਇਹਦਾ ਵੀਰ ਜੀ ਹੁਣੇ ਕਹਿੰਦੇ ਕਿ ਬੜਾ ਜਾਇਜ਼ ਕਰਨਾ। ਅਤੇ ਆਹ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅਤੇ ਗੱਲਬਾਤ ਕਰਦੇ ਹਾਂ ਵੀਰ ਜੀ ਉਹਨਾਂ ਦੇ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਕੀ ਹਾਲ ਚਾਲ ਜੀ? ਵਧੀਆ ਵਧੀਆ ਜੀ। ਹੋਰ ਠੀਕ ਠਾਕ ਚੱਲੀ ਜਾਂਦਾ ਕੰਮ ਕਰ? ਹਾਂਜੀ ਵਧੀਆ। ਇਹ ਨਾਮ ਦੱਸ ਦੇ ਵੀਰ ਜੀ ਕਰੀ ਆਪਾਂ। ਨਾਮ ਬਲਵਿੰਦਰ ਸਿੰਘ, ਪਿੰਡ ਮਲਕਪੁਰ, ਹਾਂਜੀ, ਜ਼ਿਲ੍ਹਾ ਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ। ਹਾਂਜੀ। ਤੇ ਫੋਨ ਨੰਬਰ ਵੀ ਬੋਲ ਦਿਓ। 95515 76000। ਇੱਕ ਵਾਰੀ ਫੇਰ ਬੋਲ ਦਿਓ ਜੀ। 95515 76000। ਠੀਕ ਹੈ ਜੀ। ਹਾਂਜੀ। ਆ ਵੀਰ ਜੀ, ਸ਼ੁਰੂਆਤ ਕਰਦੇ ਆ। ਸਭ ਤੋਂ ਪਹਿਲਾਂ ਜਿਹੜੀ ਆ ਪਹਿਲੇ ਨੰਬਰ ਤੇ ਸਾਈਵਲ ਗਾਂ ਜਿਹੜੀ ਬੰਨੀ ਆ, ਕਿੰਨਵਾਂ ਸੁਆ? ਇਹ ਗੱਬਨ ਆ ਕਿ ਸੂਈ ਹੈ ਜੀ? ਗੱਬਨ ਆ ਵੀਰ ਜੀ। ਇਹ ਗੱਬਨ ਆ। ਹਾਂਜੀ। ਕਿੰਨਵਾਂ ਸੁਆ ਸੁਣਾ ਇਹਨੇ? ਦੂਸਰੇ ਸੂਏ। ਦੂਸਰਾ ਸੂਆ ਸੋਨਾ ਤੇ ਕਿੰਨਾ ਕੁ ਦੁੱਧ ਕਰੂਗੀ ਦੂਸਰੇ ਸੂਏ? ਪਹਿਲੇ ਸੂਏ ਵਿੱਚ 15-16 ਲੀਟਰ ਚਾਹੀਦਾ। ਅੱਛਾ ਜੀ। ਹਾਂਜੀ। ਤਿਆਰ ਕੀ ਕਿੰਨਾ ਕਰ ਦਿਓ? 16-17 ਲੀਟਰ ਦਾ ਆਰਾਮ ਨਾਲ ਕਰ ਦਿਓ। ਅੱਛਾ ਜੀ। ਹਾਂਜੀ। ਇੰਨਾ ਕਰ ਦਿਓ ਕਿ ਦੁੱਧ? ਕਰ ਦਿਓ ਕਰ ਦਿਓ। ਹਾਂਜੀ। ਠੀਕ ਆ। 2-4 ਦਿਨ ਫੜ ਜੀ ਇਹਦੇ। ਹਾਂ, ਦੇਖ ਸਕਦੇ ਦੋਸਤੋ। ਹੁਣ ਜੇ ਸਾਨੂੰ ਤੁਹਾਨੂੰ ਓਕੇ ਆ ਸਾਰੇ? ਹਾਂਜੀ ਹਾਂਜੀ ਓਕੇ। ਲਿਆ ਖੋਲੋ ਫਿਰ, ਤੋੜ ਕੇ ਵਿਖਾਈਏ ਕਰੀਨ। ਤੋੜ ਦਿਓ ਜੀ। ਹਾਂ, ਦੇਖ ਸਕਦੇ ਦੋਸਤੋ। ਸੋਹਣਾ ਹਵਾਨਾ ਜਿਹੜਾ ਤਿਆਰ ਕਰੂਗੀ। ਕਿੰਨੇ ਕੁ ਦਿਨ ਖੜਦੀ ਵੀਰ ਜੀ? ਹਲੇ 4-5 ਦਿਨਾਂ 'ਚ ਹਵਾਨਾ ਜਿਹੜਾ ਚੰਗਾ ਭਰੂਗੀ। ਹਾਂਜੀ, ਠੀਕ ਹੈ ਵੀਰ ਜੀ, ਲੈ ਜਾਓ ਜੀ। ਦੇਖ ਸਕਦੇ ਝਾਲਰ ਵੀ ਅੱਗੇ ਦੇਖ ਸਕਦੇ, ਥੱਲਿਓਂ ਤੁਸੀਂ ਧੁੰਨ ਵੀ ਦੇਖ ਸਕਦੇ ਜੀ। ਸੋਹਣਾ ਹਵਾਨਾ ਜਿਹੜਾ ਇਹਦੇ ਕੋਲ ਲੱਗਾ, ਹਵਾਨੇ ਦੇ ਉੱਤੇ ਨਾੜਾਂ ਵੀ ਜਿਹੜੀਆਂ ਚੰਗੀਆਂ। ਇਹਦਾ ਜਿਹੜਾ ਮੁੱਲ ਹੁਣ ਪੁੱਛਦੇ ਆਪਾਂ ਵੀਰ ਜੀ ਉਹਨਾਂ ਤੋਂ, ਅਤੇ ਅਨਗਿਨਾ ਦੋਸਤੋ ਤੁਹਾਨੂੰ ਵੈਂਡ 'ਤੇ ਦਿਖਾਉਣਾ ਇੱਕ ਰੇਟ ਇਹਦਾ ਜਿਹੜਾ ਬੜਾ ਜਾਇਜ਼ ਕਰਨਾ ਵੀਰ ਜੀ ਉਹਨਾਂ ਨੇ। ਹਾਂਜੀ ਵੀਰ ਜੀ, ਫਿਰ ਆ ਜਿਹੜੀ ਸਾਹੀਵਾਲ ਆਪਾਂ ਦਿਖਾਈ ਆ। ਹਾਂਜੀ ਹਾਂਜੀ ਵੀਰ ਜੀ। ਇਹਦਾ ਮੁੱਲ ਆਪਾਂ ਦੱਸ ਦਈਏ ਜੀ। ਮੁੱਲ ਜਾਇਜ਼ ਹੈ। ਕੀ ਮੁੱਲ ਕਰਨਾ ਜੀ? ਭਾਵੇਂ 40 ਕਰੀਏ ਭਾਵੇਂ 45 ਕਰੀਏ, 37,000 ਦਾ ਮਾਨ ਤਨ। ਅੱਛਾ, 37 'ਚ ਮਾਨ ਤਨ ਕਰੋਗੇ ਤੇ ਦੁੱਧ ਕੱਢ ਦੋਗੇ? 30,000 ਦੀ ਦੇ ਦਾਂਗੇ। ਕਿੰਨੇ ਦੀ? 36 ਦੀ। 36 ਦੀ ਦੇ ਦੋਗੇ ਤੇ ਦੁੱਧ ਕਿੰਨਾ ਦੱਸਿਆ ਸੀ ਕੱਢਦੂਗੀ? 16-17 ਲੀਟਰ ਆਰਾਮ ਨਾਲ ਕੱਢ। 16-17 ਲੀਟਰ ਕੱਢੂਗੀ। ਠੀਕ ਆ। ਆਓ ਇੱਕ ਗੱਲ। ਹਾਂਜੀ ਹਾਂਜੀ, ਜਿੰਨੇ ਵੀ ਆਪਣੀ ਮਤਲਬ ਤਸੱਲੀ ਕਰਕੇ ਖੜੇ, ਠੀਕ ਆ, ਕਰਕੇ ਜਿਵੇਂ ਮਤਲਬ, ਹਾਂਜੀ, ਘਰ ਜਾ ਕੇ ਨਾ ਕਹਿਣ ਵੀ ਤਾਏ ਨੂੰ ਪਸੰਦ ਨਹੀਂ ਕਿ ਚਾਚੇ ਨੂੰ ਪਸੰਦ ਨਹੀਂ ਆ। ਅੱਛਾ ਜੀ। ਉਹ ਇੱਥੇ ਆਪਣੀ ਤਸੱਲੀ ਕਰਕੇ ਚੋ ਕੇ ਜਿਵੇਂ ਵੀ ਆ, ਜਿਹੜੀ ਸੂਈ ਆ ਉਹ ਚੋ ਕੇ ਲਾ ਜਾਓ ਤੇ ਜਿਹੜੀ ਗੱਭਰੂ ਪਾਸ ਕਰਕੇ ਖੜੋ, ਆਪਣੀ ਤਸੱਲੀ ਕਰਕੇ ਪਸੰਦ ਕਰਕੇ ਫੇਰ। ਅੱਛਾ ਜੀ। ਉਹਦੇ ਘਰ ਜਾ ਕੇ ਨਾ ਕਹੋ ਵੀ ਮੇਰੇ ਚਾਚੇ ਦੇ ਪਸੰਦ ਨਹੀਂ ਆ ਕਿ ਤਾਏ ਦੇ ਪਸੰਦ ਨਹੀਂ ਆ। ਅੱਛਾ ਜੀ, ਇਤਰਾ ਵੀ ਹੋ ਜਾਂਦਾ ਵਾ? ਹਾਂਜੀ, ਇਤਰਾ ਵੀ ਬੜੇ ਲੋਕ ਕਰਦੇ ਆ। ਅੱਛਾ ਜੀ। ਕਈ 5-7 ਹਜ਼ਾਰ ਮੁੜ ਕੇ ਆਧਾਰ ਕਰ ਲੈਂਦੇ ਤੇ ਦੇਣ ਲੱਗਿਆ ਮੁੜ ਕੇ ਕਹਿੰਦੇ ਸਾਡੇ ਤਾਏ ਦੇ ਪਸੰਦ ਨਹੀਂ ਆ। ਅੱਛਾ। ਹਾਂਜੀ, ਉਹ ਕੰਮ ਨਹੀਂ ਜਾਏਗਾ, ਆਪਣੀ ਤਸੱਲੀ ਕਰਕੇ ਵੀਰ ਜੀ ਕਰੋ। ਠੀਕ ਹੈ ਜੀ। ਹਾਂਜੀ ਠੀਕ ਹੈ ਵੀਰ ਜੀ। ਆ ਫਿਰ ਵੀਰ ਜੀ ਆਪਾਂ ਐਂਡ ਤੇ ਵਿਖਾਵਾਂਗੇ, ਇਹ ਤਾਂ ਪਹਿਲਾਂ ਆਪਾਂ ਜਿਹੜੀ ਆ ਚਿੱਟੀ ਗਾਂ ਇਹਦੇ ਬਾਰੇ ਦੱਸੀਏ। ਹਾਂਜੀ ਵੀਰ ਜੀ, ਚਿੱਟੀ ਗਾਂ ਨੇ ਕਿੰਨਵਾਂ ਸੂਆ ਸੂਣਾ ਜੀ? ਇਹ ਤੀਜੇ ਸੂਏ ਵੀਰ ਜੀ। ਤੀਸਰਾ ਸੂਆ ਸੂਣਾ? ਹਾਂਜੀ। ਤੇ ਕਿੰਨਾ ਕੁ ਟਾਈਮ ਖੜਦੀ? 10-12 ਦਿਨ ਲੈ ਜੂ ਵੀਰ ਜੀ। 10-12 ਦਿਨ ਲੈ ਜੂਗੀ? ਹਾਂਜੀ ਹਾਂਜੀ। ਤੇ ਕਿੰਨਾ ਕੁ ਦੁੱਧ ਕਰੂਗੀ? ਦੁੱਧ 10,000 ਕਿਲੋ ਪਹਿਲੇ ਸੂਏ ਦਿੱਤਾ ਇਹਨੇ। ਪਹਿਲੇ ਸੂਏ 10-11 ਲੀਟਰ ਦਿੱਤਾ। ਐਰ ਕੀ ਕਿੰਨਾ ਕਰ ਦੂ? ਐਰ ਕਿ ਮਹੀਨਾ ਕਿ ਮੰਨ ਲਓ 11-12। ਅੱਛਾ, 11-12 ਦੇ ਕਰੀਬ ਜਿਹੜਾ ਕਰੂਗੀ। ਹਾਂਜੀ ਹਾਂਜੀ ਹਾਂਜੀ। ਲਿਆ ਖੋਲੋ ਫਿਰ, ਇਹਨਾਂ ਵੀ ਤੋਰੀਏ ਆਪਾਂ। ਦੇਖ ਸਕਦੇ ਤੀਸਰਾ ਸੂਆ ਜਿਹੜਾ ਇਹਨੇ ਸੂਣਾ। ਹਾਂਜੀ ਠੀਕ ਹੈ ਜੀ, ਲੈ ਜਾਓ ਜੀ। ਦਸ ਬਾਰਾਂ ਦਿਨ ਹਲੇ ਖੜਦੀ ਹੈ ਤੇ ਦੁੱਧ ਵੀ 10-12 ਲੀਟਰ ਜਿਹੜਾ ਵੀਰ ਜੀ ਹੁਣੇ ਕਹਿੰਦੇ ਕੀ ਕਰੂਗੀ? 10-12 ਕਿਲੋ ਤਾਂ ਆਰਾਮ ਨਾਲ ਕਰ ਦਿਆਂ ਵੀਰ। ਹਾਂਜੀ ਠੀਕ ਹੈ ਵੀਰ ਜੀ, ਲੈ ਆਓ ਜੀ। ਇਹਦਾ ਵੀ ਜਿਹੜਾ ਮੁੱਲ ਆਪਾਂ ਪੁੱਛਦੇ ਹਾਂ,
की मुल करते वीर जी होनी हाँ जी हाँ जी हाँ जी वीर जी जिहड़ी हुणे आपां चिट्टी गां दिखाई आ इहदा की मुल करना जी मुल वीर जी इहदे 10 दिन लैणे गां ने अच्छा जी मुल 20,000 रुपया अच्छा जी हाँ जी ते उच्चो मान यार कितें वध विकदी वैसे ठीक है पर 20,000 तो मान तन करांगे 18,000 दी दे दांगे 18 दी दे दोगे उच्चो में कर दोगे उच्चो छोड़ कर दांगे अच्छा उच्चो में छोड़ कर दांगे ठीक है 500 रुपया छोड़ कर दांगे ठीक है ते आओ हुण जिहड़ी सब तों वड्डे हवाने वाली आपां गां विखाउणी विखाई आ फिर हाँ जी हाँ जी ठीक है हाँ जी हाँ जी किनवा सुबह सोई वीर जी तीसरा सुबह सोई है अच्छा जी असाई वाल गां दा जिहड़ा वीर जी कहिंदे कि ठंडी सील किनवा सुबह सोई वीर जी ये वाली गां तीसरा सुबह सोई है ते हुणे सोई है हना ते मगर की आ गए ते मगर बच्छी भी दोस्तों देख सकते सोहनी ते वीर जी किन्ना का दूध जिहड़ा ये कर जूगी वीर जी इत्थों ते गां आई है हां जी उन्होंने 25-26 लीटर किया भी आपां पया चोया दूजे अच्छा जी हां जी ते एक थान दी तेल लिया अच्छा ते जमांदरू ही तेल लिया अच्छा शुरू तो ही है जमांदर पहले सुबह तो ही तेल लड़े ठीक है केड़े थान दी केड़ा दे वसा ना 30 प्लस वाली गां अच्छा जी आ वाले दोस्त जिहड़ा अगला थान आ बैने वाला जिहड़ा नहीं आणा हां जी एदी तेल ले एदी तेल लड़े हां जी ठीक है ते किन्ना के दूध फिर एरकी करूगी वीर जी उन्होंने आख्या भी 26-27 किलो 25 प्लस ही दसया अच्छा जी आपा 20 किलो कह के देवांगे अच्छा 22 किलो 22 लीटर तो ही कह के दोगे आराम नाल कर दियो तुहाडे सामने ही वीर जी वेखो हां जी हां जी हां जी ते चले वाली दा 1,00,000 रुपया दी गां दी हां जी हां जी 80-90,000 तां घट आउणी नहीं ना ठीक है हां जी ठीक है लिया खोलो फिर तोरिए एक करी ਤੁਸੀਂ ਤਾਂ ਨਹੀਂ 80-90,000 ਮੰਗਣਾ ਨਹੀਂ ਨਹੀਂ ਜੀ ਆਡਾ ਮੁੱਲ ਜਿਆਦੀ ਹੈ ਅੱਛਾ ਜੀ ਨਹੀਂ ਆ ਜਾਈ ਠੀਕ ਹੈ ਇਹ ਵੀ ਜਿੰਨੇ ਇਹ ਮੁੱਲ ਕਰਨਾ ਇਹ ਮਹੀਨੇ ਡੇਢ ਮਹੀਨੇ ਦੇ ਪੈਸੇ ਪੂਰੇ ਹੋ ਜਾਣੇ ਆ ਅੱਛਾ ਜੀ ਬੱਚੇ ਦਾ ਦੋਸਤੋ ਜਿਹੜਾ ਇਹ ਜ਼ਿਆਦਾ ਕਰਦੀ ਹੈ ਫਿਰ ਵੀ ਤੋਰ ਕੇ ਜਿਹੜਾ ਤੁਹਾਨੂੰ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰਨੀ ਸਮਾਨਾ ਥੱਲੇ ਜਿਹੜਾ ਕਰਮ ਵਾਲੀ ਨੇ ਪੰਡਾ ਹੀ ਬੰਨੀਆਂ ਵਾ ਦੋਸਤੋ ਇਹੋ ਜਿਹਾ ਹਵਾਨਾ ਬਹੁਤ ਘੱਟ ਗਾਵਾਂ 'ਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਅਤੇ ਇਹੋ ਜਿਹਾ ਹਵਾਨਾ ਝੱਲਣਾ ਵੀ ਬੜਾ ਜਿਹੜਾ ਵਾ ਵੱਡੀ ਗੱਲ ਹੁੰਦੀ ਹੈ ਗਾਵਾਂ ਵਾਸਤੇ ਹਾਂਜੀ ਠੀਕ ਹੈ ਵੀਰ ਜੀ ਲੈ ਜਾਓ ਜੀ ਹਾਂ ਦੇਖ ਸਕਦੇ ਜੀ ਅਤੇ ਥਣ ਵੀ ਦੋਸਤੋ ਬੜਾ ਸੋਹਣਾ ਲੱਗਾ ਥਣਾਂ ਦਾ ਸਾਈਜ਼ ਵੀ ਬੜਾ ਵਧੀਆ ਇਹੋ ਜਿਹਾ ਹਵਾਨਾ ਲੈ ਕੇ ਦੋਸਤੋ ਤੁਰਨਾ ਉਹ ਵੀ ਆਪਣੇ ਆਪ 'ਚ ਜਿਹੜੀ ਬੜੀ ਵੱਡੀ ਗੱਲ ਹੋ ਜਾਂਦੀ ਹੈ ਬਹੁਤ ਤਕੜਾ ਹਵਾਨਾ ਜਿਹੜਾ ਇਹਦੇ ਕੋਲ ਲੱਗਾ ਅਤੇ ਬਾਕੀ ਜਿਹੜੀ ਅਗਲੇ ਥਾਂ ਦੀ ਤਿੱਲੜ ਆ ਅਤੇ ਬਾਕੀ ਵੀਰ ਜੀ ਥਣ ਸਾਰੇ ਸਹੀ ਆ ਜੀ ਹਾਂਜੀ ਹਾਂਜੀ ਸਹੀ ਆ ਠੀਕ ਆ ਹਾਂਜੀ ਅਤੇ ਮੁੱਲ ਫਿਰ ਆਪਾਂ ਇਹਦਾ ਦੱਸ ਦਈਏ ਜੀ ਮੁੱਲ ਵੀਰ ਜੀ ਭਾਵੇਂ 40 ਕਰੀਏ ਭਾਵੇਂ 45 ਅੱਛਾ ਜੀ 30,000 ਜਮਾਨਤਾਂ ਕਿੰਨੇ 'ਚ 37 ਤੇ ਕਿੰਨੇ ਦੀ ਦੇ ਦੋਗੇ 36 ਦੀ ਦੇ ਦੋਗੇ ਉੱਚੋਂ ਛੋੜ ਦਰਦਾ ਉੱਚੋਂ ਵੀ ਕਰ ਦੋਗੇ ਛੋੜ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਹੋਰ ਕੁਛ ਕਹਿਣਾ ਜੀ ਬਸ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆ ਤਿੰਨ ਪਸ਼ੂ ਜਿਹੜੇ ਵੀਰ ਜੀ ਉਹਨਾਂ ਨੇ ਮਕਾਊ ਕੀਤੇ ਅਤੇ ਕਿਸੇ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਆਪਣਾ ਇੱਥੇ ਆ ਕੇ ਤਸੱਲੀ ਕਰਕੇ ਲਿਜਾ ਸਕਦਾ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ